ਤਾਂ ਸਾਡੀ ਕੁਲਫੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ। ਮੈਂ ਜਿੱਦਾਂ ਇਹਨੂੰ ਗ੍ਰੀਨ ਕਲਰ ਕੀਤਾ ਹੈ, ਤੁਸੀਂ ਚਾਹੋ ਤਾਂ ਆਪਣੇ ਮਨਪਸੰਦ ਦਾ ਕਲਰ ਯੂਜ ਕਰ ਸਕਦੇ ਹੋ। ਨਾਲ ਹੀ ਮੈਂ ਅੱਜ ਬਣਾਇਆ ਆਮ ਪੰਨਾ, ਜਿਹਦੀ ਰੈਸਪੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ। ਤਾਂ ਹੇ ਐਵਰੀਵਨ, ਵੈਲਕਮ ਬੈਕ, ਇੱਕ ਵਾਰ ਫਿਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਅਤੇ ਗਰਮੀਆਂ ਦਾ ਮੌਸਮ ਜਿੱਦਾਂ ਕਿ ਤੁਹਾਨੂੰ ਪਤਾ ਸ਼ੁਰੂ ਹੋ ਚੁੱਕਿਆ ਹੈ, ਅਤੇ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਤਾਂ ਬਹੁਤ ਜ਼ਿਆਦਾ ਪੈਂਦੀ ਹੈ, ਅਤੇ ਆਪਣੇ ਆਪ ਨੂੰ ਚਿਲਡ ਰੱਖਣ ਵਾਸਤੇ ਅਤੇ ਅੱਜ ਮੈਂ ਤਿਆਰ ਕਰਨ ਵਾਲੀ ਹਾਂ ਇੱਕ ਰੈਸਿਪੀ ਜਿਹਦਾ ਨਾਮ ਹੈ ਆਮ ਪੰਨਾ। ਜਿਹਨਾਂ ਜਿਹਨਾਂ ਨੇ ਟਰਾਈ ਕੀਤਾ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਇਹਦਾ ਟੇਸਟ ਕਿੱਦਾਂ ਦਾ ਹੁੰਦਾ ਹੈ, ਅਤੇ ਜਿਹਨਾਂ ਨੇ ਟਰਾਈ ਨਹੀਂ ਕੀਤਾ ਅਤੇ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਬਹੁਤ ਹੀ ਸਿੰਪਲ ਰੈਸਿਪੀ ਦੇ ਨਾਲ ਤੁਸੀਂ ਆਮ ਪੰਨਾ ਘਰ ਕਿੱਦਾਂ ਬਣਾ ਕੇ ਤਿਆਰ ਕਰ ਸਕਦੇ ਹੋ। ਇੱਕਦਮ ਚਟਪਟਾ ਅਤੇ ਇੱਕਦਮ ਮਿੱਠਾ ਅਤੇ ਇੱਕਦਮ ਖੱਟਾ, ਨਾ ਜ਼ਿਆਦਾ ਮਿੱਠਾ ਨਾ ਜ਼ਿਆਦਾ ਖੱਟਾ। ਅਤੇ ਚਲੋ ਫਟਾਫਟ ਸ਼ੁਰੂ ਕਰਦੇ ਹਾਂ। ਤਾਂ ਮੈਂ ਅੰਬਾਂ ਨੂੰ ਧੋ ਲਿੱਤਾ, ਮੈਂ ਪ੍ਰੋਪਰ, ਇੱਕ ਤਾਂ ਇਹ ਆਪਣੇ ਕੋਲ ਕੱਚੀ ਅੰਬੀਆਂ ਨੇ ਅਤੇ ਇਹ ਦੋ ਥੋੜ੍ਹੀ ਜਿਹੀ ਪੱਕੀ ਅੰਬੀਆਂ ਨੇ। ਇਸ ਸਾਈਜ਼ ਦੇ ਅਸੀਂ ਮੈਂ ਚਾਰ ਲੈ ਲਿੱਤੀਆਂ ਨੇ ਅਤੇ ਮੈਂ ਲਿੱਤਾ ਪੁਦੀਨਾ। ਅੱਜ ਮੈਂ ਤੁਹਾਨੂੰ ਦੋ ਰੈਸਿਪੀ ਸ਼ੇਅਰ ਕਰਨ ਵਾਲੀ ਹਾਂ। ਇੱਕ ਤਾਂ ਮੈਂ ਤੁਹਾਨੂੰ ਆਈਸ ਕ੍ਰੀਮ ਸ਼ੇਅਰ ਕਰਾਂਗੀ ਆਮ ਪੰਨੇ ਦੀ, ਅਤੇ ਇੱਕ ਮੈਂ ਤੁਹਾਨੂੰ ਇਹਦਾ ਜੂਸ ਸ਼ੇਅਰ ਕਰਾਂਗੀ। ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੀ ਅੰਬੀਆਂ ਨੂੰ ਵੋਸ਼ ਕਰ ਲਿੱਤਾ ਹੈ, ਹੁਣ ਮੈਂ ਇਹਨੂੰ ਬੋਇਲ ਕਰਾਂਗੀ। ਬੋਇਲਡ ਵਾਸਤੇ ਤੁਸੀਂ ਪਾਣੀ ਦੇਖ ਸਕਦੇ ਹੋ, ਇਸ ਕੁਆਂਟਿਟੀ ਦੇ ਵਿੱਚ ਲੈਣਾ ਹੈ ਅਤੇ ਇਹਨੂੰ ਅਸੀਂ ਬੋਇਲਡ ਹੋਣ ਦੇਵਾਂਗੇ। ਤਾਂ 10 ਤੋਂ 15 ਮਿੰਟ ਹੋ ਚੁੱਕੇ ਨੇ, ਤਾਂ ਹੁਣ ਅਸੀਂ ਇੱਕ ਵਾਰ ਆਪਣੀ ਅੰਬੀਆਂ ਚੈੱਕ ਕਰ ਲੈਂਦੇ ਹਾਂ। ਅੰਬੀਆਂ ਸਾਡੀਆਂ ਪ੍ਰੋਪਰ ਬੋਇਲਡ ਹੋ ਚੁੱਕੀਆਂ ਹੈ, ਤੁਸੀਂ ਕਿੱਦਾਂ ਪਤਾ ਕਰਨਾ ਹੈ? ਤੁਸੀਂ ਨਾਈਫ ਜਾਂ ਫਿਰ ਕੋਈ ਵੀ ਚਮਚ ਦਾ ਯੂਜ਼ ਕਰਕੇ ਇਹਨੂੰ ਇਸ ਤਰ੍ਹਾਂ ਤੁਸੀਂ ਫੇਕ ਕੇ ਦੇਖਣਾ ਹੈ। ਅਗਰ ਤਾਂ ਇਹ ਚੰਗੀ ਤਰ੍ਹਾਂ ਈਜ਼ਲੀ ਇਸ ਤਰ੍ਹਾਂ ਨਾਈਫ ਉਹਦੇ ਅੰਦਰ ਚੱਲ ਜਾਂਦੀ ਹੈ, ਮਤਲਬ ਇਹ ਪ੍ਰੋਪਰ ਡਨ ਹੋ ਗਿਆ ਨੇ। ਤਾਂ ਇਹਨੂੰ ਅਸੀਂ ਠੰਡਾ ਕਰਨ ਵਾਸਤੇ ਇੱਕ ਪਲੇਟ ਦੇ ਵਿੱਚ ਨਿਕਾਲ ਲੈਣਾ, ਅਤੇ ਇਹਨੂੰ 5-10 ਮਿੰਟ ਦੇ ਵਿੱਚ ਇਹਨੂੰ ਠੰਡਾ ਕਰ ਲੈਣਾ। ਤਾਂ ਜਿੱਦਾਂ ਹੀ ਸਾਡੀ ਅੰਬੀਆਂ ਠੰਡੀਆਂ ਹੋ ਜਾਣਗੀਆਂ, ਇਹਦਾ ਅਸੀਂ ਛਿੱਲੜ ਦਾ ਪ੍ਰੋਪਰ ਗੁੱਦਾ ਨਿਕਾਲ ਕੇ ਇੱਕ ਮਿਕਸੀ ਦੇ ਵਿੱਚ ਪਾ ਲੈਣਾ। ਇਹਦੇ ਵਿੱਚ ਮੈਂ ਐਡ ਕੀਤੀ ਹੈ ਲਾਲ ਮਿਰਚ, ਕਾਲਾ ਨਮਕ, ਪੁਦੀਨਾ, ਇਹਨੂੰ ਅਸੀਂ ਗ੍ਰਾਇੰਡ ਕਰ ਲੈਣਾ। ਤਾਂ ਲਓ ਜੀ, ਸਾਡਾ ਗ੍ਰਾਇੰਡ ਹੋ ਚੁੱਕਿਆ ਹੈ। ਹੁਣ ਮੈਂ ਫਲੇਵਰ ਵਾਸਤੇ ਯੂਜ਼ ਕਰ ਰਹੀ ਹਾਂ ਮੈਂਗੋ ਰਾਈਪ ਦਾ, ਇਹਦੇ ਨਾਲ ਜੂਸ ਹੋਰ ਵੀ ਜ਼ਿਆਦਾ ਸਵਾਦਿਸ਼ਟ ਬਣੇਗਾ। ਤਾਂ ਹੁਣ ਮੈਂ ਇਹਨੂੰ ਇੱਕ ਜਾਰ ਦੇ ਵਿੱਚ ਲੈ ਲਿਆ, ਤਾਂ ਜਿੰਨਾ ਵੀ ਸਾਡਾ ਮਿਕਸੀ ਦੇ ਵਿੱਚ ਬਚਿਆ ਹੋਇਆ ਮੈਂਗੋ ਦਾ ਗੁੱਦਾ ਸੀ ਉਹ ਵੀ ਅਸੀਂ ਪਾਣੀ ਪਾ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਐਡ ਕਰ ਲੈਣਾ। ਤਾਂ ਇਹਨੂੰ ਅਸੀਂ ਚਮਚ ਨਾਲ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਚੀਨੀ। ਤਾਂ ਲਓ ਜੀ, ਸਾਡਾ ਸ਼ਰਬਤ ਬਣ ਕੇ ਰੈਡੀ ਹੈ, ਇਹਨੂੰ ਤੁਸੀਂ ਠੰਡਾ ਠੰਡਾ ਸਰਵ ਕਰ ਸਕਦੇ ਹੋ। ਤਾਂ ਹੁਣ ਮੈਂ ਤੁਹਾਨੂੰ ਬਣਾਉਣਾ ਸਿਖਾਵਾਂਗੀ ਕੁਲਫੀ। ਕੁਲਫੀ ਬਣਾਉਣ ਵਾਸਤੇ ਮੈਂ ਇਸੇ ਜੂਸ ਨੂੰ ਮੋਲ ਦੇ ਵਿੱਚ ਪਾ ਲਿੱਤਾ, ਉਹਦੇ ਵਿੱਚ ਮੈਂ ਗ੍ਰੀਨ ਕਲਰ ਥੋੜ੍ਹਾ ਜਿਹਾ ਕਰ ਦਿੱਤਾ ਸੀ। ਅਗਰ ਤੁਸੀਂ ਚਾਹੋ ਤਾਂ ਆਪਣੇ ਹਿਸਾਬ ਦੇ ਨਾਲ, ਤੁਸੀਂ ਪਿੰਕ ਤੁਹਾਡਾ ਫੇਵਰੇਟ ਹੈ ਤੁਸੀਂ ਪਿੰਕ ਵੀ ਕਰ ਸਕਦੇ ਹੋ, ਔਰੇਂਜ ਫੇਵਰੇਟ ਹੈ ਔਰੇਂਜ ਵੀ ਕਰ ਸਕਦੇ ਹੋ। ਤਾਂ ਇਹਨੂੰ ਤੁਸੀਂ ਇੱਕ ਦਿਨ ਪੂਰਾ ਸੈੱਟ ਹੋਣ ਵਾਸਤੇ ਰੱਖ ਦੇਣਾ, ਤਾਂ ਕਿ ਸਾਡੀ ਕੁਲਫੀਆਂ ਚੰਗੀ ਤਰ੍ਹਾਂ ਜੰਮ ਜਾਣ। ਅਤੇ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੀ ਕੁਲਫੀਆਂ ਜੰਮ ਚੁੱਕੀਆਂ ਨੇ, ਇੱਕਦਮ ਚਟਪਟੀ ਅਤੇ ਇੱਕਦਮ ਲਾਜਵਾਬ। ਅਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਟੇਕ ਕੇਅਰ, ਸੀ ਯੂ ਸੂਨ।